ਨਿਗਰਾਨ ਸੈਟਅਪ ਦਾ ਮਾਮਲਾ ਖਟਾਈ ਵਿੱਚ ਪੈ ਗਿਆ। ਹਕੂਮਤ ਤੇ ਅਪੋਜੀਸ਼ਨ ਵਿੱਚ ਡੈਡ ਲਾਕ ਬਰਕਰਾਰ। ਆਸਿਫ ਜ਼ਰਦਾਰ ਦੀ ਸਦਾਰਤ ਵਿੱਚ ਇਸਲਾਮਾਬਾਦ ਵਿੱਚ ਇਜਲਾਸ। ਨਵੀਦ ਕਮਰਾ ਦੇ ਨਿਗਰਾਨ ਵਜ਼ੀਰ ਆਜ਼ਮ ਦੇ ਨਾਂ ਤੇ ਇਤਫਾਕ ਕਰਨ ਦੀ ਸਗਿਆ। ਬਿਹਤਰ ਜੋ ਮਾਮਲਾ ਪਾਰਲੀਮੈਂਟ ਦੀ ਹਾਲ ਥੀ ਵੇ। ਮਾਮਲੇ ਦੇ ਸ਼ਾਮੇ ਮੁਤਕਰੀਸ਼ੀ ਤੋਂ ਐਮ ਕਿਊ ਐਮ ਰਹਿਨਮਾਵਾਂ ਦੀ ਵੀ ਮੁਲਾਕਾਤ। ਨੈਲਸਨ ਤੇ ਨੈਸਕੋਲ ਦੀ ਟਰੱਸਟੀ ਹਾਂ। ਟਰੱਸਟ ਡੈਡ ਤਸਦੀਕਸ਼ੁਦਾ ਹੈ। ਵਾਜਿਦ ਜ਼ਿਆ ਮਨਗੜਤ ਬਿਆਨ ਦਿੱਤਾ। ਮਰੀਅਮ ਨਵਾਜ਼ ਰੋਬਰਟ ਰੈਡਲੇ ਤੇ ਜਾਨਬਦਾਰੀ ਦਾ ਇਲਜ਼ਾਮ ਲਾੜਤਾ। ਰਿਪੋਰਟ ਯਕ ਤਰਫਾ ਤੇ ਗੈਰ ਮੁਸੱਦਕਾ ਕਰਾਰ। ਕਤਰੀ ਖਤੂਤ ਤੇ ਮਨੀ ਟ੍ਰੇਲ ਬਾਰੇ ਵਰਕਸ਼ੀਟ ਦੇ ਸਵਾਲ ਗੈਰ ਮੁਤਲਕਾ ਹਨ। ਕਾਰੋਬਾਰੀ ਮਾਮਲਾਤ ਨਾਲ ਕੋਈ ਤਾਲੁਕ ਹੈ ਨਹੀਂ। ਐਤਸਾਬ ਅਦਾਲਤ ਵਿੱਚ ਬਿਆਨ। ਸਾਬਕਾ ਬਾਰਿਸ਼ ਪੀਪਲਸ ਪਾਰਟੀ ਦੇ ਰਹਿਨੁਮਾ ਰਾਣਾ ਤਾਰਿਕ ਮਹਿਮੂਦ ਖਾਨ ਆ ਕੇ ਪੰਜਾਬ ਹਕੂਮਤ ਜਾਣ ਬੋਝ ਤੇ ਕਿਸਾਨਾਂ ਨੂੰ ਮਾਸ਼ੀ ਤੌਰ ਤੇ ਕਮਜ਼ੋਰ ਕਰਦੇ। ਅਵਾਮੀ ਖਿਦਮਤ ਦੇ ਝੂਠੇ ਦਾਅਵੇਦਾਰਾਂ ਨੂੰ ਅਵਾਮ ਆਉਣ ਵਾਲੇ ਇਲੈਕਸ਼ਨ ਵਿੱਚ ਵੋਟ ਦੀ ਪਰਚੀ ਨਾਲ ਸ਼ਿਕਸਤ ਦੇ ਸਨ। ਜ਼ਿਲ੍ਹਾ ਸੋਬਤਪੁਰ ਵਿੱਚ ਇੰਤਜ਼ਾਮੀਆਂ ਦੀ ਨਾਅਰੇ ਦੀ ਵਜ੍ਹਾ ਤੋਂ ਸ਼ਹਿਰ ਦੇ ਤਮਾਮ ਵਾਟਰ ਫਿਲਟਰ ਪਲਾਂਟ ਨਾਕਾਰਾ ਬਣ ਗਏ। ਮੁਰੰਮਤੀ ਦੇ ਬਜਾਏ ਤਾਲੇ ਲਾ ਦਿੱਤੇ ਗਏ। ਸ਼ਹਿਰੀ ਗੰਦਾ ਤੇ ਬਦਬੂਦਾਰ ਪਾਣੀ ਪੀਵਣ ਤੇ ਮਜਬੂਰ। ਸ਼ਹਿਰੀਆਂ ਕਮਿਸ਼ਨਰ ਨਸੀਰਾਬਾਦ ਤੋਂ ਨੋਟਿਸ ਗਿਰਨ ਦਾ ਮੁਤਾਲਬਾ ਕਰਦਾ।